ਅਸੀਂ ਨਾ ਚਾਰ ਪੰਜ ਲੋਕ ਆਏ ਹੋਏ ਆ, ਤੁਸੀਂ ਦੇਖ ਸਕਦੇ ਹੋ ਨਾ। ਅਸੀਂ ਸਾਰੇ ਬੈਠੇ ਹੋਏ ਆ, ਇਧਰਲੇ ਪਾਸੇ ਤਿੰਨ ਕੁ ਬੰਦੇ ਬੈਠੇ ਨੇ, ਉਧਰਲੇ ਪਾਸੇ ਮਹਿੰਦਰ ਸਾਹਿਬ ਬੈਠੇ ਨੇ, ਇਧਰਲੇ ਪਾਸੇ ਮੈਂ। ਹੁਣ ਕੌਣ ਬੰਦਾ ਸਮਝਾਵੇ ਮਕਲੋੜ ਗਿਆ ਚੀਜ਼ਾਂ ਨਾ। ਤੁਸੀਂ ਬੈਗ ਦੇਖੋ, ਬੈਗ ਦੇਖੋ ਉਹਦਾ, ਬੈਗ ਦੇਖੋ, ਬੈਗ ਦੇਖੋ ਉਹਦਾ, ਉਹ ਵੇਖੋ, ਉਹ ਵੇਖੋ। ਦੋਸਤੋ ਹੁਣ ਜਿਹੜਾ ਮਕਲੋੜਗੰਜ ਦੇ ਵਿੱਚ ਹੋਟਲ ਆ, ਠੀਕ ਹੈ, ਕਿੱਥੇ ਤੁਸੀਂ ਹੋਟਲ ਲੈਣਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਬਾਕਸੂ ਦੇ ਵਿੱਚ ਅਸੀਂ ਹੋਟਲ ਲਿਆ, ਦੇਖ ਸਕਦੇ ਹੋ ਹੋਟਲ ਰਾਜਾ ਪੈਲਸ, ਠੀਕ ਹੈ। ਇੱਥੇ ਦੇਖ ਸਕਦੇ ਹੋ ਸਾਹਮਣੇ ਆਪਣੀ ਗੱਡੀ ਖੜੀ ਆ, ਪਾਰਕਿੰਗ ਦੀ ਕਾਫੀ ਜਗ੍ਹਾ ਈਜ਼ਲੀ ਇੱਥੇ ਤੁਹਾਨੂੰ ਮਿਲ ਜਾਏਗੀ, ਦੇਖ ਸਕਦੇ ਹੋ ਇੱਥੇ ਤੁਸੀਂ ਪਾਰਕਿੰਗ ਵਗੈਰਾ ਈਜ਼ਲੀ ਕਰ ਸਕਦੇ ਹੋ। ਬਾਕੀ ਜਿਹੜੀ ਹੋਟਲ ਦੀ ਐਂਟਰੈਂਸ ਆ ਉਹ ਇੱਧਰ ਵਾਲੇ ਸਾਈਡ ਹੁੰਦੀ ਜੇ, ਆਹ ਦੇਖ ਸਕਦੇ ਹੋ ਤੁਸੀਂ। ਬਾਕੀ ਹੋਟਲ ਅੰਦਰੋਂ ਕਿੱਦਾਂ ਦਾ, ਰੂਮ ਕਿੱਦਾਂ ਦੇ, ਇਹਦੇ ਬਾਰੇ ਤੁਹਾਨੂੰ ਮੈਂ ਸਾਰਾ ਦਿਖਾਉਣਾ। ਦੇਖ ਸਕਦੇ ਹੋ ਨਾ ਬਾਹਰ ਵਾਲਾ ਫਰੰਟ ਵਾਲਾ ਵਿਊ ਇਹਦਾ, ਇਹ ਹੋਟਲ ਦਾ, ਠੀਕ ਹੈ। ਬਾਕੀ ਇਹਦੀ ਐਂਟਰੈਂਸ ਇੱਧਰ ਤੋਂ ਹੁੰਦੀ ਹੈ, ਦੇਖ ਸਕਦੇ ਹੋ ਤੁਸੀਂ, ਠੀਕ ਹੈ। ਇੱਥੇ ਆਪਣੀ ਐਂਟਰੀ ਕਰਾ ਕੇ ਅਤੇ ਸਾਹਮਣੇ ਗੋਲਡਨ ਟੈਂਪਲ, ਠੀਕ ਹੈ, ਦਰਬਾਰ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਹੈ। ਬਾਕੀ ਸੜਕ ਇੰਨੀ ਕੁ ਜ਼ਿਆਦਾ ਖਰਾਬ ਸੀ, ਡਸਟ ਇੰਨੀ ਕੁ ਸੀ ਕਿ ਸਾਰੀ ਦੀ ਸਾਰੀ ਗੱਡੀ ਕਿੰਨੀ ਜ਼ਿਆਦਾ ਹੋ ਚੁੱਕੀ ਹੈ ਗੰਦੀ, ਦੇਖ ਸਕਦੇ ਹੋ ਤੁਸੀਂ। ਅਤੇ ਬਾਕੀ ਇਹ ਰਹਿਣਾ ਦਾ, ਠੀਕ ਹੈ, ਰਿਸੈਪਸ਼ਨ ਪੁਆਇੰਟ ਆ। ਅਤੇ ਇੱਧਰਲੇ ਪਾਸੇ ਦੇਖ ਸਕਦੇ ਹੋ ਟੀ ਵੀ ਜਾਂ ਵੇਟਿੰਗ ਏਰੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਇਹ ਤੁਸੀਂ ਦੇਖ ਸਕਦੇ ਹੋ ਹੋਟਲ ਦੀ ਰਿਸੈਪਸ਼ਨ ਪੁਆਇੰਟ, ਕਿ ਜਿਹੜਾ ਹੋਟਲ ਦਾ ਰੈਸਟੋਰੈਂਟ ਆ ਜਾਂ ਡਿਨਰ ਜਾਂ ਤੁਸੀਂ ਜੋ ਵੀ ਕਹਿ ਸਕਦੇ ਹੋ ਨਾ, ਉਹ ਇਹ ਦੇਖ ਸਕਦੇ ਹੋ ਤੁਸੀਂ। ਇੱਧਰਲੇ ਪਾਸੇ ਬਹਿ ਕੇ ਆਪਣਾ ਖਾ ਪੀ ਸਕਦੇ ਹੋ, ਠੀਕ ਹੈ। ਇੱਕ ਸਭ ਦਾ ਰੈਸਟੋਰੈਂਟ ਏਰੀਆ ਆ ਜਾਂਦਾ ਹੈ, ਠੀਕ ਹੈ। ਇਹ ਸਾਰਾ ਵੇਟਿੰਗ ਏਰੀਆ ਵੀ ਇਹਨੂੰ ਕਿਹਾ ਜਾਂਦਾ। ਇਸ ਹੋਟਲ ਦੇ ਵਿੱਚ ਨਾ ਤਕਰੀਬਨ 3 ਫਲੋਰ ਨੇ, ਠੀਕ ਹੈ, 3 ਫਲੋਰ ਨੇ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਫਸਟ ਫਲੋਰ ਜਾ ਕੇ ਦਿਖਾ ਦਿੰਦਾ, ਇਹ ਰਿਹਾ ਉਹਨਾਂ ਦਾ ਫਸਟ ਫਲੋਰ, ਦੇਖ ਸਕਦੇ ਹੋ। ਇੱਧਰਲੇ ਪਾਸੇ ਜਿਹੜੇ ਵਾਲੇ ਰੂਮ ਹੈ, ਇਹ ਹੈਗੇ ਫਰੰਟ ਵਿਊ ਵਾਲੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਫਰੰਟ ਵਿਊ ਵਾਲੇ ਰੂਮ ਆ। ਅਤੇ ਇੱਧਰਲੇ ਪਾਸੇ ਵੀ ਫਰੰਟ ਬੈਕ ਸਾਈਡ ਵਿਊ ਵਾਲੇ, ਇਹ ਦੋਨੋਂ ਰੂਮ ਹੈ, ਇਹ ਦੇਖ ਸਕਦੇ ਹੋ ਤੁਸੀਂ, ਇਹਨਾਂ ਦਾ ਫਸਟ ਫਲੋਰ ਆ। ਬਾਕੀ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਪੌੜੀਆਂ ਦੇ ਰਾਹੀਂ ਆਉਣਾ, ਐਸੀ ਗੱਲ ਨਹੀਂ ਹੈ। ਇਹ ਦੇਖ ਸਕਦੇ ਹੋ ਇੱਧਰਲੇ ਪਾਸੇ ਇਹਨਾਂ ਦੀ ਲਿਫਟ ਵੀ ਲੱਗੀ ਹੋਈ ਹੈ, ਤੁਸੀਂ ਲਿਫਟ ਦੇ ਜ਼ਰੀਏ ਵੀ ਉੱਪਰ ਥੱਲੇ ਆ ਜਾ ਸਕਦੇ ਹੋ। ਜਿਸ ਤਰ੍ਹਾਂ ਮੇਰਾ ਰੂਮ ਹੈਗਾ 3 ਫਲੋਰ ਦੇ ਵਿੱਚ, ਠੀਕ ਹੈ, ਮੈਂ ਆਪਣੇ ਰੂਮ ਦੇ ਵਿੱਚ ਜਾ ਕੇ ਦਿਖਾਉਂਦਾ ਤੁਹਾਨੂੰ। 3 ਫਲੋਰ ਦੇ ਵਿੱਚ ਜਾਂਦੇ ਹਾਂ, ਇਹ ਸਾਹਮਣੇ ਰਿਹਾ ਤੁਹਾਡਾ ਭਰਾ ਖੜਾ। ਬਾਕੀ ਤੁਸੀਂ ਲਿਫਟ ਦੇਖੋ ਕਿੱਡੀ ਹੀ ਗੋਲਡਨ ਹੈ, ਅਤੇ ਕਿਆ ਖੂਬਸੂਰਤ ਲਿਫਟ ਇਹਨਾਂ ਦੀ ਬਣਾਈ ਹੋਈ ਹੈ, ਸਾਰੀ ਦੇਖ ਸਕਦੇ ਹੋ ਤੁਸੀਂ। ਮੈਂ ਤੁਹਾਨੂੰ ਆਪਣਾ ਰੂਮ ਦਿਖਾਉਂਦਾ ਕਿ ਮੇਰਾ ਰੂਮ ਕਿੱਥੇ ਆ, ਦੇਖ ਸਕਦੇ। 3rd ਫਲੋਰ ਦੇ ਵਿੱਚ 301 ਤੋਂ 305 ਰੂਮ ਆ, ਠੀਕ ਹੈ। ਹੁਣ ਇਹ ਰਿਹਾ ਮੇਰਾ 303 ਵਾਲਾ ਰੂਮ, ਬਾਕੀ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਹੀ ਮੈਂ ਰੂਮ ਨੂੰ ਓਪਨ ਕਰੂੰਗਾ, ਠੀਕ ਹੈ, ਇੱਧਰਲੇ ਪਾਸੇ ਆ ਸਾਰੇ ਲੋਕ ਬੈਠੇ ਹੋਏ ਨੇ, ਠੀਕ ਹੈ। ਮੈਂ ਜਿਹੜਾ ਸਿੰਗਲ ਰੂਮ ਵੀ ਲੈ ਸਕਦਾ ਜੀ, ਲੇਕਿਨ ਇਸ ਵਾਰ ਮੈਂ ਡਬਲ ਰੂਮ ਲਿੱਤਾ ਹੋਇਆ ਜਿਹਦੇ ਵਿੱਚ 2 ਬੈੱਡ ਹੁੰਦੇ ਨੇ। ਡਬਲ ਰੂਮ ਦੇ ਲੈਣ ਦਾ ਨਾ ਇਹ ਫਾਇਦਾ ਹੁੰਦਾ, ਦੇਖ ਸਕਦੇ ਹੋ ਕਿ ਇੱਕ ਬੈੱਡ ਇੱਧਰ ਵੀ ਲੱਗਾ ਹੋਇਆ, ਠੀਕ ਹੈ, ਅਤੇ ਇੱਕ ਬੈੱਡ ਇੱਧਰ ਲੱਗਾ ਹੋਇਆ ਆ। ਅਤੇ ਅਗਰ ਮੈਂ ਸਿੰਗਲ ਰੂਮ ਲੈਂਦਾ ਤਾਂ ਮੈਨੂੰ ਕੇਵਲ ਇੱਕ ਹੀ ਬੈੱਡ ਉੱਧਰ ਨੂੰ ਮਿਲਦਾ। ਰੂਮ ਲੈਣ ਦਾ ਮੈਨੂੰ ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਦੇਖ ਸਕਦੇ ਇੱਧਰਲੇ ਪਾਸੇ ਜਿੱਦਾਂ ਬੈੱਡ, ਅਸੀਂ ਟੋਟਲ, ਤੁਸੀਂ ਜਿਸ ਤਰ੍ਹਾਂ ਵੀ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਟੋਟਲ 5 ਲੋਕ ਅਸੀਂ, ਠੀਕ ਹੈ। ਅਗਰ ਸਿੰਗਲ ਸਿੰਗਲ ਰੂਮ ਲੈਂਦੇ ਸਾਨੂੰ 2 ਰੂਮ ਲੈਣੇ ਪੈ ਜਾਂਦੇ, ਅਤੇ ਕਾਫੀ ਜ਼ਿਆਦਾ ਫਿਰ ਹੁੰਦਾ ਕਿ ਇਕੱਠੇ ਆਇਆ ਸੌਣ ਵਾਸਤੇ ਉੱਧਰ ਜਾਣਾ, ਫਿਰ ਤਾਂ ਕਰਕੇ ਇੱਕ ਰੂਮ ਲਿੱਤਾ ਕਿ ਅਸੀਂ ਇਕੱਠੇ ਹੀ ਸੋਈਏ ਜਾਂ ਇੰਜੋਇਮੈਂਟ ਕਰੀਏ, ਗੱਲਾਂ ਬਾਤਾਂ ਕਰੀਏ। ਇਹ ਦੇਖ ਸਕਦੇ ਹੋ, ਠੀਕ ਹੈ ਨਾ, ਇਹ ਸਾਰਾ ਰੂਮ ਆ। ਬਾਕੀ ਤੁਸੀਂ ਨਾ ਡਿਜ਼ਾਇਨਿੰਗ ਦੇਖ ਸਕਦੇ ਹੋ ਕਿ ਵਾਲਪੇਪਰ ਪਿੱਛੇ ਇਹਨਾਂ ਨੇ ਲਗਾਏ ਹੋਏ ਨੇ, ਕਿਆ ਖੂਬਸੂਰਤ ਹੈ। ਬੈੱਡ ਵੀ ਕਾਫੀ ਖੂਬਸੂਰਤ ਹੈ। ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਾਫੀ, ਯਾਨੀ ਜਿਹੜੇ ਰੂਮ ਆ ਨਾ ਕਾਫੀ ਜ਼ਿਆਦਾ ਅੱਛੇ ਰੂਮ ਆ। ਸਾਹਮਣੇ ਪਾਸੇ ਦੇਖ ਸਕਦੇ ਹੋ ਟੀ ਵੀ ਵੀ ਲੱਗਾ ਹੋਇਆ, ਠੀਕ ਹੈ। ਇਹ ਮਕਲੋੜਗੰਜ ਦੇ ਵਿੱਚ ਬਾਕਸੂ 'ਤੇ ਹੋਟਲ ਹੈਗਾ। ਬਾਕਸੂ 'ਤੇ ਹੋਟਲ ਲੈਣ ਦਾ ਕੀ ਕਾਰਨ ਹੈ, ਇਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸ ਦਾਂਗਾ ਕਿ ਇਹ ਸਾਡੇ ਮੈਨੇਜਰ ਸਾਹਿਬ ਲੰਮੇ ਪਏ ਹੋਏ ਨੇ ਆਰਾਮ ਕਰ ਰਹੇ ਨੇ, ਕਿਉਂਕਿ ਸਵੇਰ ਦੇ 7 ਵਜੇ ਦੇ ਉੱਠੇ ਹੋਏ, ਉਹ ਸੋਰੀ ਚੱਲੇ ਹੋਏ ਨੇ, ਅਤੇ ਉੱਠੇ ਤਾਂ 5 ਵਜੇ ਦੇ ਹੋਏ ਨੇ। ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਨਾ ਆਪਣੀਆਂ ਕਵਰਡ ਆ ਜਾਂਦੀ, ਠੀਕ ਹੈ ਨਾ, ਇੱਧਰਲੇ ਪਾਸੇ ਕਵਰਡ ਆ ਜਾਂਦੀ ਆਪਣਾ ਸਮਾਨ ਸਮੂਨ ਰੱਖਣ ਨੂੰ। ਇੱਧਰਲੇ ਪਾਸੇ ਇੱਕ ਟੇਬਲ ਆ ਜਾਂਦਾ, ਤੁਸੀਂ ਦੇਖ ਸਕਦੇ ਹੋ, ਅਤੇ ਇੱਧਰਲੇ ਪਾਸੇ ਆਪਣਾ ਬੈਠ ਕੇ ਖਾ ਪੀ ਸਕਦੇ ਹੋ ਜੋ ਵੀ ਤੁਸੀਂ ਖਾਣਾ ਪੀਣਾ ਹੋਵੇ। ਪਤਾ ਕਿ ਮੈਨੂੰ ਜਿਹੜੇ ਰੂਮ ਪਸੰਦ ਆਉਂਦੇ ਆ ਬਾਲਕੋਨੀਆਂ ਵਾਲੇ ਹੀ ਰੂਮ ਪਸੰਦ ਹੈ, ਵਿਦਆਊਟ ਬਾਲਕੋਨੀ ਰੂਮ ਲੈਣਾ ਮੈਂ ਪ੍ਰੈਫਰ ਨਹੀਂ ਕਰਦਾ, ਨਾ ਮੈਂ ਖੁਦ ਲੈਣਾ, ਨਾ ਮੈਂ ਤੁਹਾਨੂੰ ਕਦੇ ਪ੍ਰੈਫਰ ਕਰਨਾ ਚਾਹੂੰਗਾ।
बालकोनी वाले रूम लैंदा जो व्यू नज़र आंदा ना, जो व्यू नज़र आंदा वाह कमाल नज़र आंदा। मेरी लास्ट वीडियो दे विच भी तुसी देखिया होएगा कि जेड़ा मंसूरी गेटवे होटल सी, सब तो पहला तह दिल तो धन्यवाद कि तुसी उस वीडियो नूं इन्ना प्यार कर रहे हो। तकरीबन मैं ना बालकोनी दिखा दिंदा क्योंकि जिस तरह तुहानूं कहा मैं तकरीबन बालकोनियां वाले ही रूम लैने पसंद करदा। जिस तरह ही तुसी खोलोगे देख सकते हो, इहदी बालकोनी आ सारी, काफ़ी ज़्यादा वड्डी बालकोनी है, सारा देख सकते हो तुसी कि इत्थे आराम नाल बह के तुसी अपना डिनर ब्रेकफास्ट जां शाम नूं बैठ के गल्लां बातां कर सकते हो। बाकी जिहड़ी गल रही व्यू दी, तो सामने व्यू भी देख सकते हो कि सामने तुहानूं व्यू पॉइंट इत्थे बालकोनी च देखण नूं मिल जाएगा। बड़ा ही ज़्यादा खूबसूरत व्यू पॉइंट देख सकते हो तुसी। तो इधरले पासे भी होटल ही होटल है सारे पासे, जे मैं तुहानूं थल्ले तक दसां, ठीक है, ये सारे होटल तुसी देख सकते हो। फिर मैं तुहानूं दस्सदा राजा पैलेस आ होटल का नाम। चार पांच लोग आए हुए हैं, तुसी देख सकते हो ना, असी सारे बैठे हुए हैं। इधरले पासे तीन क बंदे बैठे ने, उधरले पासे माहे साहब बैठे ने, इधरले पासे मैं। सारे दे ही बैग नॉर्मल जिहा, लेकिन जिहड़ा माहे साहब का बैग मैं कहना अत कराई हुई इन्होंने, तुहानूं भी देख के हासा आएगा। आए एक दिन दे लई आ भी ने बैग कहड़ा पैक करके भाभी ने दिता समझा, जिदा ना मेरा सोना विदेश चलिया कि घूमना, हूँ कौन बंदा समझावे मकलोड़ गया चीजा ना। तुसी बैग देखो बैग देखो दा। बैग देखो दा। ओ वेखो ओ वेखो ते अपने बैग देखो, मैं पिट्ठू बैग लिया, रवि ने वेखो झोला जहा लिया, मैनू लगता माए साहब पता नहीं कहड़ी खुशी दे विच कोट पैंट ले आए ने। बाकी पुछ लैने दोस्तों, जिहड़े हुण राजा पैलेस दे रिसेप्शन च मैनेजर हुंदे आ, हुण मैं ना इन्हां नाल तुहाडी गल करा देना कि रूम किन्ने दा मिलदा, सीजन दे विच की रेट, आउट ऑफ सीजन की रेट हुंदा, तुहानूं सारी जानकारी दे देणगे। सर नॉर्मल रूम किन्ने का तो शुरू हो जाएगा, स्टैंडर्ड रूम होता सीजन पे? हाँ जी सीजन पे, सीजन पे नॉर्मल रूम होगा स्टैंडर्ड जो होगा जी 1600 से शुरुआत होती है। ओके, एक सेमी डिलक्स है 1600 का मिल जाएगा, डिलक्स आपको सीजन पे मिल जाएगा 2500 का। ओके, फैमिली रूम आपको मिल जाएगा सीजन पे लगभग 4000 का। ओके, सुपर डिलक्स एक कैटेगरी है हमारे पास, वो मिल जाएगा आपको लगभग 3500 रुपए का। ओके, डिपेंड करता है कि वीकेंड पे फ्राइडे सैटरडे संडे। अच्छा, सैटरडे संडे रेट ज्यादा ही होता है, अलग होता है, थोड़ा रश होता है संडे, मंडे ट्यूजडे को थोड़ा सा रेट डाउन हो जाता है। बाकी हमारे जो रेगुलर कस्टमर है, हाँ जी, उनको डिस्काउंट भी दे देते हैं, कोई ऐसी बात नहीं है। जैसे आप हमारे कस्टमर हैं, तो मैं लास्ट टाइम 2019 में आया था आपके पास, हाँ, इसलिए तो आउट ऑफ सीजन क्या रेट हो जाता है? आउट ऑफ सीजन आपको आज लगाया है, कम ही रेट लगाया हुआ है, फैमिली रूम मैंने 2000 दिया हुआ है, तो बाकी कोई ऐसे ये नहीं है, इतना हार्ड एंड फास्ट रूल भी नहीं है, डिपेंड करता है हमारे कस्टमर, जो रेगुलर कस्टमर है उनको डिस्काउंट दे देते हैं। बाकी हमारा फैमिली होटल है, बहुत बढ़िया होटल है। सर आप अपना मुझे कार्ड दे देना, मैं नंबर शेयर कर दूंगा। बिल्कुल सर, मोस्ट वेलकम, आप जब कभी आओ राजा पैलेस में। ठीक है, ऐसे ही अपना होटल दे विच एक दिन का जरा स्टे किया, बाकी रिसेप्शन के मैनेजर दे नाल तुसी गल करती हुई है ना तुसी, ते देख लिया होना कि रेट सब कुछ आ, सीजन या सैटरडे संडे जिदा गया कि तकरीबन रेट तुम्हें थोड़ा ज़्यादा ही मिलेगा। तो बाकी चलो चेकआउट करते हैं, तो अज की वीडियो भी मैं इतने ही खत्म करता, फिर अगली वीडियो बहुत जल्दी तुम मिलेंगे। Oh, 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 o